ਸਾਡਾ ਤਾਂ ਜਿੰਨਾ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ ਕੋਈ ਕੰਮ ਨਹੀਂ ਜੀ ਸਾਡੇ ਵਾਸਤੇ ਤਾਂ ਬੁਰਾ ਦੌਰ ਹੀ ਆਇਆ ਸੀ ਆਮ ਆਦਮੀ ਪਾਰਟੀ ਕਾਦੀ ਆਈ ਸੀ ਇੰਨੀਆਂ ਪਾਰਟੀਆਂ ਬਾਅਦ ਸਾਡੇ ਤਾਂ ਸਾਡੇ ਘਰ ਨੂੰ ਪੱਟ ਕੇ ਲੈ ਗਈ ਇੱਕ ਸਾਲ ਪੂਰਾ ਹੋਣ ਤੇ ਆ ਲਿਆ ਹੁਣ ਕਿੰਨੇ ਸਾਲ ਹੋ ਜਾਣੇ ਇੱਕ ਵੀ ਦੋਸ਼ ਨੂੰ एक भी पेशी के उत्ते जो अज तक सरकार ने पेश किया मैं सरकार का विरोध करूँ साधी मदद करती है कातला की मदद करती है सरकार लॉरेंस की वीडियो जेल के बनवा लेती है एक नहीं दो बारी बनवा लेती है और अज तक नहीं दसा वीडियो किन हालातों के बनी वह मोटिव की सी मैं विरोध तो किया ना थोड़ी खरात के उत्ते अभी पड़न वाले हाँ ना थोड़िया लिदड़ियाँ कट के राजी है सिक्योरिटी दिखती नहीं मेरे पुत्र आ मैं 52 दे रखे ने मैं कहना सारी बात मेरे भगवंत मान साहब जे तेरे को दरखास्त लैन आ गया चक का पुत्र नहीं बस सकता कोई ना पर तेरे दर पर आके तो सिक्योरिटी नहीं मुंबल पर आके मैं सरकार को यह गल कहना जे तुम कहो सा ला एंड आर्डर इन्ना वधिया है तुम मैनू एक नंबर दे दो सरकार का मैं घट्टो घट जिहड़ा बंदा मेरे को आवे थोड़े सामने पेश तां करदा करा भोले भाले जवाकां नूं तुम खौफ पैदा कर दिंदे आज गैंगस्टर तुहाडे सामने शर्म धमकियां दे जांदे ने और परिवार आप आज बैठे ने कि साडे सरकार दे कन्नां तक बोल के आवाज पहुंचा दिओ अज मदर डे है ये भैन आई है इस सवेर दे बच्चियां दे मैनू कॉल आ रहे ने मैसेज आ रहे ने सारी कोशिश कर रहे हैं भी माता शोधी गुरु मिस कर रहे हम भी ठंडी जसवाल कुत्ते भगाई मारता पता नहीं उसे कोई काम है कि ना है उन्हें कहा जी मंड सोने दे ਅਸੀਂ ਐਡੇ ਬੇਗੈਰਤ ਲੋਕ ਨਹੀਂ ਹੈਗੇ ਵੀ ਜੇ ਸਾਡੇ ਦਰ ਤੇ ਕੋਈ ਦੁਸ਼ਮਣ ਵੀ ਚੱਲ ਕੇ ਆਵੇ ਨਾ ਅਸੀਂ ਉਹਨੂੰ ਗੇਟ ਨਾ ਖੋਲੀ ਤੇ ਜਾਂ ਉਹਨੂੰ ਅੰਦਰ ਬਿਠਾ ਕੇ ਚਾਹ ਪਾਣੀ ਮੁੱਚੀ ਸਾਡੇ ਗੇਟ ਤੇ ਸਾਡੇ ਦਰ ਤੇ ਜਿਹੜਾ ਵੀ ਕੋਈ ਆਉਂਦਾ 12 ਮਹੀਨੇ ਹੋ ਗਏ ਅਸੀਂ ਕਦੇ ਕਿਸੇ ਨੂੰ ਐ ਨਹੀਂ ਕਿਹਾ ਵੀ ਇਹ ਸਾਡਾ ਨੇੜੇ ਆ ਜਾਂ ਸਾਡਾ ਦੂਰ ਹੈ ਉਹ ਅਫਸੋਸ ਕਰਨਾ ਇਹ ਨਹੀਂ ਤਾਂ ਅਸੀਂ 11 ਮਹੀਨੇ ਤੋਂ ਕਹਿ ਰਹੇ ਹਾਂ ਸਾਡੇ ਤਾਂ ਹਰੇਕ ਕਮਿਊਨਿਟੀ ਦਾ ਬੰਦਾ ਸ਼ੁਭਦੀਪ ਦਾ ਅਫਸੋਸ ਕਰਕੇ ਗਿਆ ਹੈ बापू किसे मूहरे हाथ ना अड्डी बैठे खाई जायो इन्ना काम करके जाऊंगा ਸਾਨੂੰ ਕੀ ਪਤਾ ਸੀ ਉਹਦੀਆਂ ਗੱਲਾਂ ਸੱਚੀਆਂ ਨੇ ਇਹ ਪੈਸੇ ਦੀ ਭੁੱਖ ਹੋ ਕੇ ਸੋਨੂੰ ਜਿਹੜੇ ਤੁਸੀਂ ਸਿਆਸਤਾਂ ਨੇ ਮੰਗਲ ਕਰੇ ਫਿਰਦੇ ਹੋ ਵੀ ਸਾਡੇ ਕੋਲ ਤਾਂ ਬਹੁਤ ਕੁਝ ਦੇ ਕੇ ਗਏ ਸਾਨੂੰ ਤਾਂ ਘਰੇ ਮੰਤਰੀ ਬਣਾ ਕੇ ਗਏ ਸਾਡਾ ਬੈਠੇ ਖਾਈ ਇਹ ਸੰਤ ਤਾਂ ਵੀ ਨਹੀਂ ਮੁੱਕਦਾ ਸਾਨੂੰ ਉਹਦੀਆਂ ਇੰਨੀਆਂ ਨਸੀਹਤਾਂ ਨਹੀਂ ਲੋੜ ਨਹੀਂ ਪਰ ਐਡੀ ਵੱਡੀ ਉਮਰ ਦੇ ਵਿੱਚੋਂ ਅਜੇ ਜੇ ਘਟੀਆ ਸ਼ਬਦ ਬੋਲਣੇ ਕੋਈ ਵਧੀਆ ਨਹੀਂ ਹੈਗਾ ਵਧੀਆ ਖਾਂਦਾ ਨਹੀਂ ਅਲੀ ਗੱਲ ਨਹੀਂ ਮੈਨੂੰ ਲੱਗੀ ਤੇ ਬਾਕੀ ਗੱਲ ਇਨਸਾਫ ਦੀ ਅਸੀਂ 11 ਮਹੀਨਿਆਂ ਤੋਂ ਕਹਿ ਰਹੇ ਹਾਂ ਵੀ ਜੇ ਸਾਨੂੰ ਪੂਛ ਸ਼ਾਮ ਮਾਰਨੀ ਕੀ ਤਾਂ ਵੀ ਮਾਰਾਂਗੇ ਭਾਈ ਅਸੀਂ ਆਪਣੇ ਪੁੱਤਰ ਦਾ ਇਨਸਾਫ ਮੰਗਾਂਗੇ ਜਿੰਨਾ ਚਿਰ ਸਾਡੇ ਚ ਸਾਹ ਨੇ ਜਿਹੜੇ ਫੇਸਬੁੱਕਾਂ ਤੇ ਸਾਨੂੰ ਕਹਿੰਦੇ ਨੇ ਉਹ ਦੱਸ ਦੇਣ ਵੀ ਅਸੀਂ ਕਿਸ ਤਰੀਕੇ ਨਾਲ ਮੰਗੀਏ ਇਨਸਾਫ ਰੱਬਾਂ ਰੰਗਾਂ ਚੱਕ ਲਈਏ ਕਿ ਉਹ ਸਹੀ ਰਹੂਗਾ ਜੇ ਅਸੀਂ ਕੋਈ ਸਿੱਧੇ ਤਰੀਕੇ ਨਾਲ ਇਨਸਾਫ ਮੰਗਦੇ ਹੋ ਇਨਸਾਫ ਨਹੀਂ ਮੰਗਦੇ ਪਰ ਹੋਰ ਦੱਸੋ ਸਾਨੂੰ ਰਹਿਤਾ ਦੇਵੋ ਵੀ ਭਾਈ ਤੁਸੀਂ ਐਸ ਰਸਤੇ ਤੇ ਚੱਲੋ ਅਸੀਂ ਉਹਦੇ ਚੱਲ ਪਾਂਗੇ ਬਸ ਜਿਹੜੀ ਗੱਲ ਰਾਜਨੀਤੀ ਵਾਲ ਸਾਰਾ ਕੁਝ ਰਾਜਨੀਤੀ ਹੋ ਗਿਆ ਸਾਡੇ ਲਈ ਤਾਂ ਰਾਜਨੀਤੀ ਕੋਈ ਗੱਲ ਨਹੀਂ ਕੋਈ ਚੀਜ਼ ਨਹੀਂ ਸਾਡੇ ਲਈ ਤਾਂ ਰਾਜਨੀਤੀ ਹਰੇਕ ਗੱਲ ਨੂੰ ਰਾਜਨੀਤੀ ਨਾਲ ਜੋੜਨਾ ਹਰੇਕ ਗੱਲ ਨੂੰ ਰਾਜਨੀਤੀ ਨਾਲ ਜੋੜਨਾ ਅਸੀਂ ਜਲੰਧਰ ਦੇ ਲੋਕਾਂ ਦਾ ਉਦੋਂ ਵੀ ਧੰਨਵਾਦ ਕਰਦੇ ਸੀ ਅੱਜ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਪਲਕਾਂ ਵਿਛਾ ਕੇ ਸਾਡਾ ਸਨਮਾਨ ਕੀਤਾ ਚਲੋ ਹੋ ਗਈ ਜਿੱਤ ਹਾਰ ਕਿਵੇਂ ਹੁੰਦੀ ਹੈ ਉਹ ਤਾਂ ਸਾਰੇ ਤੁਸੀਂ ਵੀ ਜਾਣਦੇ ਹੋ ਅਸੀਂ ਕਿਹੜਾ ਅਸੀਂ ਵੀ ਨਿਆਣੇ ਨਹੀਂ ਤੁਸੀਂ ਵੀ ਨਿਆਣੇ ਨਹੀਂ ਹੋ ਜਾਂਦੀਆਂ ਨੇ ਸਭ ਕੁਝ ਹੋ ਜਾਂਦਾ ਹੈ ਪਰ ਜਿੰਨਾ ਉਹਨਾਂ ਨੇ ਸਾਡਾ ਜਗਤਰ ਵਾਲਿਆਂ ਨੂੰ ਸਾਥ ਦਿੱਤਾ ਉਹਦਾ ਦਿਲੋਂ ਧੰਨਵਾਦ ਕਰਦੇ ਹਾਂ ਬਾਕੀ ਰਾਜੇ ਸਾਡੇ ਅਸੀਂ ਤਾਂ ਇਨਸਾਫ ਦੇ ਲੜਦੇ ਹਾਂ ਸਾਡਾ ਪੁੱਤ ਸਾਡੇ ਲਈ ਇੰਨਾ ਕੁਛ ਕਰਕੇ ਗਿਆ ਜੀ ਉਹਦਾ ਉਹ ਕਹਿੰਦਾ ਕਿ ਇੰਨਾ ਪੈਸਾ ਕਮਾ ਕੇ ਗਿਆ ਹੱਥ ਤੇ ਹੱਥ ਕਰਕੇ ਬਹਿ ਜਾਓ ਰਾਮ ਰਾਮ ਤੁਮ ਕਰੀ ਸਾਡੇ ਤੇ ਲਾਂਕ ਨਹੀਂ ਇਹ ਜਮਾਂ ਪਿਓ ਦੇ
ਜਿਹਦਾ ਸਰਪਣ ਉੱਤੇ ਇੰਨਾ ਕੁ ਸਾਡੇ ਲਈ ਖੱਟ ਕੇ ਗਿਆ ਹੋਵੇ, ਇੰਨੀ ਨੇਕੀ ਖੱਟ ਕੇ ਗਿਆ ਹੋਵੇ, ਇੰਨੀ ਦੁਨੀਆ ਦਾ ਪਿਆਰ ਸਾਡੀ ਝੋਲੀ ਚ ਪਾ ਕੇ ਗਿਆ ਹੋਵੇ ਤੇ ਅਸੀਂ ਉਹਦਾ ਇਨਸਾਫ ਵੀ ਨਾ ਮੰਗ ਸਕੀਏ। ਮੇਰਾ ਕਿਸੇ ਦੇ ਪੁੱਤ ਨੂੰ ਕਹਿਣ ਨੂੰ ਦਿਲ ਨਹੀਂ ਕਰਦਾ, ਪਰ ਜਦੋਂ ਆਪਦੇ ਤੇ ਬੀਤਦੀ ਹੈ ਨਾ ਉਦੋਂ ਸਾਰਾ ਕੁਝ ਬੰਦੇ ਨੂੰ ਚੇਤੇ ਆਉਂਦਾ। ਹੋ ਸਕਦਾ ਕਿ ਪਹਿਲਾਂ ਸਾਨੂੰ ਵੀ ਨਾ ਪਤਾ ਲੱਗਿਆ ਹੋਵੇ, ਪਰ ਵੀਰੋ ਜਿਹੜਾ ਇੱਥੇ ਸੱਚ ਬੋਲੂਗਾ ਉਹਦਾ ਹਮੇਸ਼ਾ ਕਤਲ ਹੁੰਦਾ ਹੋਊਗਾ। ਪਹਿਲਾਂ ਦੀਪ ਸਿੱਧੂ ਸਾਰਾ ਕੁਝ ਛੱਡ ਕੇ ਸਾਡੇ ਲੋਕਾਂ ਵਾਸਤੇ ਖੜਾ ਸੀ, ਉਹਦਾ ਵੀ ਕਤਲ ਹੋ ਗਿਆ। ਉਦੋਂ ਬਾਅਦ ਸੋਧੀ ਬਣੇ ਵੀ ਜੇ ਆਪਦੇ ਹਲਕੇ ਲਈ ਆਪਦੇ ਪੰਜਾਬ ਲਈ ਕੁਝ ਕਰਨਾ ਚਾਹਿਆ ਉਹਦਾ ਵੀ ਕਤਲ ਹੋ ਗਿਆ। ਕੀ ਗੱਲ ਹੋਈ? ਐਸ ਵਾਈ ਐਲ ਲਗਾਉਣਾ ਤਾਂ ਬੈਨ ਇੱਕ ਦਿਨ ਚ ਹੋ ਸਕਦਾ, ਤੇ ਸ਼ੁਰੂ ਦੀ ਇਨਸਾਫ ਕਿਉਂ ਨਹੀਂ ਦੇ ਸਕਦੇ ਜੇ? ਫਿਰ ਅਸੀਂ ਹੋਰ ਕੀ ਕਰੀਏ, ਕਿੱਥੇ ਜਾਈਏ ਦੱਸੋ? ਸਾਡਾ ਤਾਂ ਜਿੰਨਾ ਨੁਕਸਾਨ ਕੀਤਾ ਆਮ ਆਦਮੀ ਪਾਰਟੀ ਨੇ ਕੀਤਾ, ਅਸੀਂ ਤਾਂ ਮਰਦੇ ਦਮ ਤੱਕ ਅਸੀਂ ਇਹਨਾਂ ਨੂੰ ਬੁਰਾ ਹੀ ਕਹਾਂਗੇ। ਸਾਡੇ ਵਾਸਤੇ ਤਾਂ ਬੁਰਾ ਦੌਰ ਹੀ ਆਇਆ ਸੀ। ਆਮ ਆਦਮੀ ਪਾਰਟੀ ਕਾਹਦੀ ਆਈ ਸੀ? ਇੰਨੀਆਂ ਪਾਰਟੀਆਂ ਬਾਅਦ ਸਾਡੇ ਤੋਂ ਬਾਅਦ ਸਾਡੇ ਘਰ ਨੂੰ ਪੱਟ ਕੇ ਲੈ ਗਈ। ਸੰਤ ਵੀ ਕੱਲ ਨੂੰ 100 ਕੰਮ ਚੰਗੇ ਵੀ ਕਰ ਦੇਣ, ਸਾਡਾ ਤਾਂ ਪੁੱਤ ਮੁੜ ਕੇ ਨਹੀਂ ਆਉਣਾ। ਸੰਤ ਫਿਰ ਵੀ ਚੰਗੇ ਨਹੀਂ। ਬਾਕੀ ਜੋ ਕੁਛ ਇਹਨਾਂ ਦੇ 90-90 MLA ਬੋਲੀ ਜਾਂਦੇ ਨੇ, ਸਾਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ। ਇਹਨਾਂ ਦੇ ਵਿੱਚੋਂ ਬੰਦੇ ਦਾ 2 ਹੀ ਚੰਗੇ ਨੇ, ਉਹਨਾਂ ਨੂੰ ਉਹਦੇ ਅੱਗੇ ਨਹੀਂ ਆਉਣ ਦਿੰਦੇ। ਕਮਲ ਵਿਜੇ ਪ੍ਰਤਾਪ ਪੜ੍ਹੇ ਲਿਖੇ ਸੂਝਵਾਨ ਤੇ ਜਾਂ ਮੁੰਡਾ ਇੱਕ ਹਰਜੋਤ ਵੈਂਸ ਹੈ, ਉਹਨਾਂ ਦੀਆਂ ਗੱਲਾਂ ਚ ਦਮ ਲੱਗਦਾ। ਬਾਕੀ ਤਾਂ ਸਾਰੇ ਭੁੱਖੇ ਨੇ। ਪਰ ਜਿੱਦਾਂ ਕੋਈ ਇਹਨਾਂ ਤੇ ਪਈ ਨਾ ਉਹ ਦੇਖਦਾ ਨੂੰ ਪਤਾ ਲੱਗੋ ਕਿ ਰਾਜਨੀਤੀਆਂ ਤਾਂ ਰਾਜੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਵੋਟਾਂ 4 ਮਹੀਨੇ ਫੇਰ ਆ ਜਾਣਗੀਆਂ, ਫੇਰ ਆ ਜਾਣਗੀਆਂ, ਆਈ ਜਾਈ ਜਾਣਗੀਆਂ ਨਾ। ਇਹ ਵੋਟਾਂ ਮੈਨੇ ਨਹੀਂ ਰੱਖਦੀਆਂ ਸਾਡੇ ਲਈ। ਸਾਡੇ ਲਈ ਤਾਂ ਸਾਡਾ ਜਵਾਬ ਹੀ ਸੀ ਜੋ ਕੁਛ ਹੈਗਾ ਸੀ। ਪਰ ਜੇ ਆਪਾਂ ਹਜੇ ਵੀ ਅੱਖਾਂ ਨਾ ਖੋਲੀਆਂ ਤਾਂ ਆਪਣੇ ਮਰਦੇ ਰਹਿਣਗੇ, ਇਹਨਾਂ ਨੂੰ ਕਿਸੇ ਨੇ ਕੁਛ ਨਹੀਂ ਕਰਨਾ। ਇਹ ਸਾਰੇ ਐਵੇਂ ਜੀ ਫਰੀ ਕੁਰਸੀਆਂ ਦਾ ਆਨੰਦ ਮਾਣਦੇ ਰਹਿਣਗੇ ਤੇ ਆਪਣੇ ਵਰਗੇ ਭੋਲੇ ਭਾਲੇ ਲੋਕਾਂ ਦੇ ਜਵਾਬ ਜਿਹੜੇ ਕੋਈ ਧਰਤੀ ਤੋਂ ਉੱਠ ਕੇ ਜ਼ਮੀਨ ਤੋਂ ਉੱਠ ਕੇ ਆਪਦੀ ਮਿਹਨਤ ਨਾਲ ਅੱਗੇ ਆਉਂਦਾ ਜਾਂ ਕੋਈ ਕਿਸੇ ਦੇ ਹੱਕ ਦੀ ਗੱਲ ਕਰਦਾ ਜਾਂ ਸੱਚ ਬੋਲਣ ਦੀ ਗੱਲ ਕਰਦਾ, ਉਹਨੂੰ ਤਾਂ ਹਮੇਸ਼ਾ ਮੌਤ ਹੀ ਮਿਲਦੀ। ਹੁਣ ਆ ਨਤੀਜਿਆਂ ਨੂੰ ਦੇਖ ਕੇ ਤਾਂ ਮਨ ਇੰਨਾ ਉਦਾਸ ਹੋਇਆ ਵੀ ਹਜੇ ਵੀ ਕੋਈ ਅਸਰ ਨਹੀਂ ਹੈਗਾ ਕਿਸੇ ਦੀ, ਵੀ ਹੋਰ ਆਪਾਂ ਕਿੰਨੀਆਂ ਕਬਲੀਆਂ ਦੇਈ ਜਾਵਾਂਗੇ ਆਪਣੇ ਜਵਾਕਾਂ ਨੂੰ। ਬਸ ਇੰਨਾ ਕਹਿ ਜੂ ਵੇਖੀਵਾਂ ਦੀ ਜਾਚਕਾਂ, ਜੇ ਕਿਸੇ ਨੂੰ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰ। ਬਾਕੀ ਹੁਣ ਜਿਵੇਂ ਇੰਡੀ ਜਸਪਾਲ ਨੇ ਕਿਹਾ ਵੀ ਮੈਂ ਉਹਦੇ ਘਰੇ ਸਾਰੇ ਝੂਠ ਬਣਾਏ, ਵੀ ਮੈਨੂੰ ਇਹ ਨੀ ਪਤਾ ਬੰਦ ਕਿੱਥੇ ਰਹਿੰਦਾ ਕਿੱਥੇ ਉਹਦਾ ਘਰ, ਮੇਰਾ ਕੀ ਮਨ ਲੋੜ ਕਰੇ ਉਹਨੂੰ ਦਾ, ਜੇ ਉਹ ਚੰਗਾ ਨਹੀਂ ਤਾਂ ਮੇਰਾ ਤਾਂ ਲੋਕ ਬੜਾ ਤਜਰਬਾ ਵੀ ਨਹੀਂ, ਉਹ ਕੀ ਕਰਦਾ ਕੀ ਨਹੀਂ ਕਰਦਾ ਉਹਦੀ ਪਰਸਨਲ ਜ਼ਿੰਦਗੀ ਹੈ, ਚੰਗੇ ਦਾ ਮਾੜਾ ਹੈ ਪਤਾ ਨਹੀਂ, ਪਤਾ ਮੇਰਾ ਉਹਦੇ ਬਾਹਰ ਇੰਨਾ ਜੋ 5 ਮਿੰਟ ਹੀ ਮੇਰੇ ਘਰੇ ਆ, ਪਰ ਇਹਨਾਂ ਨੇ ਉਹ ਚੀਜ਼ ਕਿੰਨਾ ਗਲਤ ਤਰੀਕੇ ਨਾਲ, ਜਿਹੜੇ ਕੱਲ੍ਹ ਨਾਲ ਵੀਰ ਕਹਿੰਦਾ ਵੀ ਤੈਨੂੰ ਬਾਹਰੋਂ ਪੈਸਾ ਆਉਂਦਾ, ਮੈਂ ਸਰਕਾਰ ਨੂੰ ਪ੍ਰੈਸ ਖੜੀ ਹੈ ਮੇਰੇ ਸਾਹਮਣੇ ਮੀਡੀਆ ਨੂੰ ਕਹਿੰਦਾ ਇਹ ਛਾਤੀ ਠੋਕ ਕੇ ਗੱਲ ਕਹਿੰਦਾ ਵੀ ਤੜਕੇ ਤੇਰੀ ਇਹਦੀ ਸ਼ੀਰੀ ਜਿਹੜੀ ਹੈਗੀ ਆ ਸਾਰੀ ਛੱਡ ਦੇ, ਜਿੱਥੇ ਚੱਕਰਣਾ ਉੱਥੋਂ ਕਰਵਾ ਲਾ, ਕੋਈ ਗੁਰਧਾਰ ਨਹੀਂ ਜ਼ਿੰਦਗੀ 'ਚ, ਨਾ ਕਦੇ ਗਲਤ ਕੰਮ ਕੀਤਾ ਨਾ ਕੋਈ ਘਬਰਾਹਟ, ਕੋਈ ਮੇਰੇ ਪੁੱਤ ਨੇ ਚਿੱਟਾ ਨਹੀਂ ਵੇਚਿਆ, ਆਹ ਦੂਜੇ ਲੀਡਰਾਂ ਨੂੰ ਕੋਈ ਟੈਂਡਰਾਂ ਜੇਰੀਆਂ ਫੇਰੀਆਂ ਨਹੀਂ ਕਰੀਆਂ, ਦਸਾਂ ਨੌ ਦੇ ਗੁਰਬਾਈ ਬਾਬੇ ਨਾਲ ਕਹਿੰਦੇ ਦੱਸੀਏ ਤੇ ਉਹੀ ਕੀਤੀ ਹੈ ਉਹੀ ਖੜਕਦੀ ਹੈ ਜ਼ਿੰਦਗੀ ਦੇ ਵਿੱਚ, ਇੱਕ ਬੈਂਕ ਖਾਤੇ ਤੋਂ ਵੱਧ ਦੂਜਾ ਖਾਤਾ ਸਾਫ਼ ਕਰਦੇ ਨਾ ਕਿਤੇ ਦੇਸ਼ ਵਿਦੇਸ਼ ਦੇ ਵਿੱਚ, ਆ ਇੰਨੇ ਜਾਣੇ ਸੁਣ ਲੱਖ ਫਲੇ ਨਹੀਂ, ਬਕਵਾਸ ਕਰਦੇ ਸੌਖੇ ਨੇ, ਚੱਕਰ ਸੱਟਣਾ ਸੌਖਾ ਹੈ, ਜਿੱਥੇ ਮਰਜ਼ੀ ਜਾਂਚ ਕਰ ਲਓ ਜਿਹੜੀ ਗੱਲ ਦੀ ਮਰਜ਼ੀ ਕਰ, ਵਿਰੋਧੀ ਫਿਰ ਜਵੇਟਾ ਕੋਈ ਮੇਰਾ ਉਹ ਚਾਚਾ ਦਾ ਲੀਡਰ ਦੀ ਮੰਤਰੀ ਨਹੀਂ ਸੰਤਰੀ ਨਹੀਂ ਜਮਾਂ ਕਦੇ ਜਾਣਦੇ ਜਾਣਦਾ, ਔਰ ਤੁਹਾਡਾ ਜਿਹੜਾ ਜਵਾਬ ਹੈ ਵਧੀਆ ਦਲੇਰੀ ਨਾਲ ਸੱਚਾਈ ਨਾਲ ਦੇਵੇਗਾ, ਜਿੱਥੋਂ ਤੱਕ ਮਰਜ਼ੀ ਜਾਂਚਿਆ ਕਰ ਲਓ। ਹੁਣ ਤੁਸੀਂ ਦੇਖੋ ਸ਼ੋਰੀ ਪਤਾ ਜਿਹੜਾ ਪਹਿਲਾਂ ਤੇ ਜਾਲੀ ਮੈਨੇਜਰ ਬਣਾਇਆ, ਹੁਣ ਉਹਨੂੰ ਉੱਥੇ ਫੋਨ ਕਰਦੀ ਹੈ ਸਾਡੀ ਏਜੰਸੀਆਂ ਵੀ ਤੂੰ ਸਿੱਧੂ ਦੇ ਖਿਲਾਫ਼ ਬਿਆਨ ਦੇ ਦੇ ਵੀ ਮੈਂ ਫਲਾਨੇ ਬੰਦੇ ਦੀ ਵੇਖੀ ਕਰਨ ਮੈਂ ਗਿਆ ਸੀ ਤੇ ਤੂੰ ਖੜੇ ਨਹੀਂ, ਇਹ ਕੇਸ ਮਾਫ਼ ਕਰ ਦਿਆਂਗੇ ਅਸੀਂ ਸਾਰੇ, ਇਹ ਏਜੰਸੀਆਂ ਫੋਨ ਕਰਦੀਆਂ ਉਹ ਗੋਰਾ ਵਕੀਲ ਆ ਉਹਦਾ, ਕਿਸੇ ਕੋਲੇ ਉਸ ਬੰਦੇ ਦਾ ਕੰਟੈਕਟ ਨਹੀਂ ਹੈ, ਕਿਹਦਾ ਨੰਬਰ ਉਹ ਸਾਰਾ ਸਰਕਾਰ ਦਾ ਹੋ ਸਕਦਾ ਕਿਉਂਕਿ ਉਹਨੇ ਸਾਈਨ ਅਪਲਾਈ ਕੀਤੀ ਹੋਈ ਹੈ, ਉਹਦਾ ਅਕਾਊਂਟ ਦੇ ਨਾਲ ਨੰਬਰ ਐਕਸਚੇਂਜ ਹੋ ਜਾਂਦਾ ਜਿਹੜੀ ਤੂੰ ਬੰਦੋ ਗੱਲ ਕਰਦੇ ਆ, ਉਹਨੂੰ ਧਮਕੀਆਂ ਦੇ ਕੇ ਕਹਿ ਰਹੇ ਵੀ ਤੇਰੇ ਐਲਓਸੀ ਖਤਮ, ਤੇਰੇ ਕੇਸ ਖਤਮ, ਤੂੰ ਸਿੱਧੂ ਦੇ ਖਿਲਾਫ਼ ਗਵਾਹ ਹੀ ਦੇ ਦੇ, ਪਰ ਕਰੋ ਮੇਰੇ ਸੋਨੇ ਨੇ ਸੋਨਾ ਰਹਿਣਾ, ਤੁਸੀਂ ਪਾਪੀ ਹੋ ਤੁਹਾਡਾ ਮੂੰਹ ਤੋੜ ਜਵਾਬ ਦੇਵਾਂਗੇ, ਸੱਚ ਹੈ ਸਾਡੇ ਪੱਲੇ ਸੱਚ ਨੇ,
ਉਠ ਘੱਟੇ ਨਾਲ ਗੋੜ ਕੇ ਸੱਚ ਰਹੀ ਤੁਸੀਂ ਜਿੱਤੇ ਮਰਜ਼ੀ ਭੱਜ ਲੋ ਤੁਸੀਂ ਸਾਨੂੰ ਬਰਨਾਮ ਨਹੀਂ ਕਰ ਸਕਦੇ ਅਸੀਂ ਇਹ ਜਿਹਾ ਕਦੇ ਜ਼ਿੰਦਗੀ 'ਚ ਨਾ ਗਲਤ ਪੈਸਾ ਕਮਾਇਆ ਨਾ ਕਦੇ ਗਲਤ ਰਾਹ ਤੇ ਚੱਲੇ ਨੇ ਜਿਹੜਾ ਤੁਸੀਂ ਸਾਨੂੰ ਬਰਨਾਮ ਕਰਦੇ ਲਾਲੋ ਆਪਣੀ ਬਾਜ ਨਹੀਂ ਲੋ ਪ੍ਰਭ ਜੀ ਦਾ ਖਾਲਸਾ ਵਾਹਿਗੁਰੂ ਜੀ ਬਹੁਤ ਸਾਡੇ ਕੋਲ ਪਹੁੰਚੇ ਬੇਟੇ ਨੂੰ ਪਿਆਰ ਕਰਨ ਵਾਲੇ ਭੈਣ ਭਰਾਵਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਸ਼ਾਮੇ ਹੋ ਗਏ ਸਾਰੇ ਮੈਂ ਭਾਵੇਂ ਮੇਰੇ ਕੋਲ ਪਾਸਾ ਮਾਰ ਦਿੱਤਾ ਨਹੀਂ ਜਿਵੇਂ ਤੁਸੀਂ ਸਾਰੇ ਦੇਖਿਆ ਹੀ ਆ ਪਿਛਲੇ ਦਿਨਾਂ ਦੇ ਵਿੱਚ ਆਪਣੇ ਵੱਲੋਂ ਆਪਾਂ ਸਰਕਾਰ ਦਾ ਵਿਰੋਧ ਜਤਾਇਆ ਕਿਉਂ ਜਤਾਇਆ ਇਹ ਵੀ ਪਤਾ ਹੈ ਕਿਉਂਕਿ ਆਪਾਂ ਆਪਣੇ ਜਸ਼ਨ ਦੀ ਜਿਹੜੀ ਮੰਗ ਹੈ ਆਪਣੀ ਆਪਾਂ ਉੱਥੇ ਖੜੇ ਸੀ ਮੇਰਾ ਸਲਾਹ ਸੀ ਮੈਂ ਕੱਲ ਦਾ ਕੁਛ ਵੀ ਬੋਲਿਆ ਨਹੀਂ ਆ ਨਾ ਹੀ ਮੇਰੀ ਅੱਜ ਵੀ ਕੋਈ ਬਿਆਨ ਦੇਣ ਦੀ ਮਨਸ਼ਾ ਨਹੀਂ ਸੀ ਪਰ ਹੁਣ ਵੀ ਜਦੋਂ ਇਹ ਤੁਸੀਂ ਇੰਨੇ ਜਾਣੇ ਆ ਜਾਣਾ ਫਿਰ ਮੈਂ ਤੁਹਾਨੂੰ ਕੁਛ ਨਾ ਕੁਛ ਤਾਂ ਤੁਹਾਡੇ ਪੱਲੇ ਪਾ ਕੇ ਤੋਰਾਂ ਸੀ ਕਿਉਂਕਿ ਆਪਾਂ ਖੜੇ ਕਿੱਥੇ ਆ ਅਸੀਂ ਸਰਕਾਰ ਦਾ ਵਿਰੋਧ ਕਿਉਂ ਕੀਤਾ ਕਿਉਂਕਿ ਸਭ ਤੋਂ ਪਹਿਲਾਂ ਸਰਕਾਰ ਨੂੰ ਦਿੱਲੀ ਦੇ ਸਪੈਸ਼ਲ ਸੈੱਲ ਵੱਲੋਂ ਸੂਚਨਾ ਦਿੱਤੀ ਗਈ ਸੀ ਵੀ ਛੋਟੀ ਵੱਲੋਂ ਔਰ ਇੱਕ ਵਿਅਕਤੀ ਲੀਡਰ ਹੈ ਕੋਈ ਦੋ ਬੰਦਿਆਂ ਨੂੰ ਬਹੁਤ ਜ਼ਿਆਦਾ ਖਤਰਾ ਸਪੈਸ਼ਲ ਲੈਟਰ ਵੀ ਕੱਢਿਆ ਗਿਆ ਔਰ ਟ੍ਰਿਬਿਊਨ ਦੇ ਪਹਿਲੇ ਪੇਜ 'ਤੇ ਵੀ ਛਾਪੀ ਗਈ ਖਬਰ ਇਹ ਕਿਉਂਕਿ ਛੋਟੀ ਵੱਲੋਂ ਮਾਰਨ ਆਇਆ ਸ਼ਾਹਰੁਖ ਨਾਂ ਦਾ ਬੰਦਾ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਉਦੋਂ ਇਹ ਖੁਲਾਸੇ ਹੋਏ ਸੀ ਵੀ ਅਸੀਂ ਫਲਾਣੇ ਫਲਾਣੇ ਬੰਦੇ ਨੂੰ ਮਾਰਨਾ ਸੋ ਦਿੱਲੀ ਸਪੈਸ਼ਲ ਸੈੱਲ ਨੇ ਪੰਜਾਬ ਸਟੇਟ ਨੂੰ ਇਨਫੋਰਮੇਸ਼ਨ ਦਿੱਤੀ ਉਸ ਗੱਲ ਦੀ ਬਕਾਇਦਾ ਲਿਖਤੀ ਰੂਪ ਦਿੱਤੀ ਪ੍ਰੈਸ ਦੇ ਮੀਡੀਆ ਰਾਹੀਂ ਦਿੱਤੀ ਮਾਲੇ ਰਾਹੀਂ ਦਿੱਤੀ ਪਰੰਤੂ ਇੱਕ ਵਿਅਕਤੀ ਨੂੰ ਦੱਸ ਦਿੱਤਾ ਜਾਂਦਾ ਹੈ ਤੁਹਾਨੂੰ ਖਤਰਾ ਹੈ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਗਈ ਬਕਾਇਦਾ ਇਹਦੇ ਸਾਡੀ ਜਿਹੜੀ ਸਿਕਿਉਰਿਟੀ ਉਹ ਵਾਪਸ ਲੈ ਗਈ ਉਹਦੇ ਬਾਵਜੂਦ ਪਤਾ ਹੋਣ ਦੇ ਬਾਵਜੂਦ ਵੀ ਸਿੱਧੂ ਮੂਸੇਵਾਲ ਨੂੰ ਸਭ ਤੋਂ ਵੱਧ ਖਤਰਾ ਹੈ ਉਹਦੇ ਬਾਵਜੂਦ ਸਿਕਿਉਰਿਟੀ ਵਾਪਸ ਅਸੀਂ ਤਾਂ ਕੱਲੀ ਵਾਪਸ ਨਹੀਂ ਲਈ ਗਈ ਵਾਪਸ ਵੀ ਸਰਕਾਰਾਂ ਦੀ ਮਰਜ਼ੀ ਹੁੰਦੀ ਹੈ ਲੈ ਸਕਦੇ ਆਪਾਂ ਕਹਿੰਦੇ ਸਿਕਿਉਰਿਟੀ ਦੇ ਵਾਪਸ ਲੈ ਕੇ ਉਹਨੂੰ ਅਨਾਊਂਸ ਵੀ ਕਰਤਾ ਕਾਤਲਾਂ ਨੂੰ ਦੱਸ ਵੀ ਦਿੱਤਾ ਵੀ ਅਸੀਂ ਸਿਕਿਉਰਿਟੀ ਜਿਹੜਾ ਮੂਸੇਵਾਲਾ ਉਹ ਬਿਲਕੁਲ ਨਿਹੱਥਾ ਕਰਤਾ ਹੁਣ ਤੁਸੀਂ ਉਹਨੂੰ ਆਸਾਨੀ ਨਾਲ ਮਾਰ ਸਕਦੇ ਦੋ ਨੰਬਰ ਹੋ ਗਏ ਤੀਜੇ ਨੰਬਰ ਤੇ ਜਿਹਨੇ ਬੰਦੇ ਨੇ ਅਨਾਊਂਸ ਕੀਤੀ ਬਲਤੇਜ ਪੰਨੂ ਔਰ ਮੈਡਮ ਆਯੂਸ਼ ਅਸੀਂ ਉਹਦੇ ਖਿਲਾਫ ਸਰਕਾਰ ਨੂੰ ਪਹਿਲੇ ਦਿਨ ਤੋਂ ਸੀਐਮ ਸਾਹਿਬ ਦੀ ਗੱਲ ਧਿਆਨ ਦੇ ਵਿੱਚ ਲਿਆਂਦੀ ਪਰੰਤੂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਸੀਂ ਸਰਕਾਰ ਦਾ ਵਿਰੋਧ ਤਾਂ ਕੀਤਾ ਅਗਲੇ ਗੱਲ ਸਿਕਿਉਰਿਟੀ ਰੂਲ ਕਰਨ ਤੱਕ ਸਾਰੀ ਗੱਲ ਨਿਬੜ ਗਈ ਫਿਰ ਸ਼ੁਰਦੀਪ ਦੇ ਨਾਲ ਹੁਣ 29 ਮਈ ਨੂੰ ਜਦੋਂ ਘਟਨਾ ਵਾਪਰ ਜਾਂਦੀ ਹੈ ਸਾਨੂੰ ਇਹ ਦਿਲਾਸਾ ਦੇ ਕੇ ਗਏ ਸੀਐਮ ਸਾਹਿਬ ਵੀ ਤੁਹਾਡਾ ਜਿਹੜਾ ਜੁਡੀਸ਼ੀਅਲ ਕਮਿਸ਼ਨ ਬਿਠਾਵਾਂਗੇ ਔਰ ਇਹਦੀ ਮੁਕੰਮਲ ਜਾਂਚ ਕਰਾਵਾਂਗੇ ਅੱਜ ਤੱਕ ਜੁਡੀਸ਼ੀਅਲ ਕਮਿਸ਼ਨ ਨੇ ਜਿਹੜਾ ਨਹੀਂ ਬਿਠਾਏ ਤਾਂ ਵਿਰੋਧ ਕੀਤਾ ਸਰਕਾਰ ਉਸ ਤੋਂ ਬਾਅਦ ਮਾਸਟਰ ਮਾਈਂਡ ਸਰਕਾਰ ਮੈਨੂੰ ਅੱਜ ਦੱਸ ਰਹੇ ਵੀ ਆਹ ਬੰਦੇ ਨੇ ਸਾਜ਼ਿਸ਼ ਘੜੀ ਸੀ ਮੈਂ ਮੰਨ ਲੈਣਾ ਕਿ ਤੁਸੀਂ ਬਹੁਤ ਫੜਦੇ ਬਹੁਤ ਮਾਰਦੇ ਵੀ ਆਹ ਬੰਦੇ ਦੀ ਦਾਦ ਦੀ ਤੇ ਆਹ ਸਿੱਧੂ ਦੀ ਰੰਜਿਸ਼ ਦੀ ਲੋਕਾਂ ਨੂੰ ਦੱਸ ਦਿਓ ਮੇਰਾ ਜਸਟਿਸ ਹੈ ਮੈਂ ਚੁੱਪ ਕਰਕੇ ਆਪਣੇ ਘਰੇ ਜਾ ਮੈਂ ਵਿਰੋਧ ਤਾਂ ਇੱਕ ਸਾਲ ਪੂਰਾ ਹੋਣ ਤੇ ਆ ਰਿਹਾ 29 ਮਈ ਨੂੰ ਸਾਲ ਹੋ ਜਾਣੇ ਇੱਕ ਵੀ ਦੋਸ਼ੀ ਇੱਕ ਵੀ ਪੇਸ਼ੀ ਦੇ ਉੱਤੇ ਜੇ ਅੱਜ ਤੱਕ ਸਰਕਾਰ ਨੇ ਪੇਸ਼ ਕੀਤਾ ਮੈਂ ਸਰਕਾਰ ਦਾ ਵਿਰੋਧ ਕਰਾਂ ਹੁਣ ਸਾਰੇ ਨੂੰ ਇਸ ਗੱਲ ਦਾ ਪਤਾ ਇੱਕ ਵੀ ਛੋਟੇ ਤੋਂ ਛੋਟੇ ਕੇਸ ਦੇ ਵਿੱਚ ਵੀ ਆਪਾਂ ਪੁਲਿਸ ਤਲਬ ਕਰ ਲੈਂਦੀ ਹੈ ਕਿਸੇ ਨਾ ਕਿਸੇ ਬੰਦੇ ਨੂੰ ਇਹਨਾਂ ਨੇ ਕੇਸ ਨੂੰ ਉਲਝਾ ਹੀ ਇਹਨਾਂ ਦਿੱਤਾ ਵੀ ਸੰਭਵ ਹੀ ਨਹੀਂ ਹੈ ਕੇਸ ਸ਼ੁਰੂ ਹੀ ਨਹੀਂ ਹੋ ਪਾ ਰਿਹਾ ਚਾਰਜ ਲੱਗੀ ਨਹੀਂ ਰਿਹਾ ਮੈਂ ਸਰਕਾਰ ਦਾ ਵਿਰੋਧ ਕਰਾਂ ਸਾਡੀ ਮਦਦ ਕਰਨ ਦੀ ਬਜਾਏ ਕਾਤਲਾਂ ਦੀ ਮਦਦ ਕਰਦੀ ਹੈ ਸਰਕਾਰ ਲਾਰੈਂਸ ਦੀ ਵੀਡੀਓ ਜੇਲ੍ਹ ਦੇ ਵਿੱਚ ਬਣਵਾ ਲੈਂਦੀ ਹੈ ਇੱਕ ਦੀ ਦੋ ਵਾਰੀ ਬਣਵਾ ਲੈਂਦੀ ਹੈ
और अज तक नहीं दसा वीडियो किन हालात बनी ओदा मोटिव की सी मैं विरोध तां कीता सी जे असीं हाई कोर्ट गए हैं सानूं इह कह के चुप कराता भी ऑलरेडी जेल कमिशन दे जरिए दी कमेटी बना के जांच रिपोर्ट पेश करूंगी असीं रिपोर्ट ਤੁਹਾਡੀ ਪਟੀਸ਼ਨ ਦੀ ਲੋੜ ਨਹੀਂ ਹੈ ਸਾਡੇ ਕੋਰਟ ਤੋਂ ਵੀ ਸਾਡੇ ਹੱਥ ਬੰਨ ਕੇ ਸਾਨੂੰ ਪਿੱਛੇ ਮੋੜਨਾ ਅਸੀਂ ਵਿਰੋਧ ਸਰਕਾਰ ਦਾ ਤਾਂ ਮੈਂ ਕਿਸੇ ਵੀ ਇੱਕ ਵਿਅਕਤੀ ਦੇ ਉੱਤੇ ਵਿਅਕਤੀਗਤ ਟਿੱਪਣੀ ਨਹੀਂ ਕੀਤੀ ਮੈਂ ਜਲੰਧਰ ਮੈਂ ਜਾ ਕੇ ਮੈਂ ਰਿੰਕੂ ਸਾਹਿਬ ਦਾ ਇੱਕ ਵਾਰੀ ਵੀ ਜੇ ਕਿਸੇ ਨਾਂ ਲਿਆ ਹੋਰ ਵੀ ਫਲਾਣਾ ਬੰਦਾ ਜੇ ਹੋਰ ਕਿਸੇ ਦੇ ਵਿਅਕਤੀਗਤ ਟਿੱਪਣੀ ਨਹੀਂ ਕੀਤੀ ਮੈਂ ਵਿਰੋਧ ਕੀਤਾ ਮੁਕੰਮਲ ਸਰਕਾਰ ਦਾ ਕੀਤਾ ਅੱਜ ਵੀ ਕਰਦਾ ਜਦ ਤੱਕ ਜਿੰਦਾ ਰਹੂੰਗਾ ਕਰਦਾ ਰਹੂੰਗਾ ਨਾ ਕਿਸੇ ਤੋਂ ਡਰ ਕੱਲ ਸੀ ਨਾ ਅੱਜ ਗੌਂਡੀ ਕੋਲੇ ਬੱਚੇ ਹੀ ਕੀ ਹੈ ਕੱਲ ਤੋਂ ਡਰੂਗਾ ठीक है मूह है लोग बोली जाते हैं थोड़ा मूह है भीरो मैं थोड़ी भाषा जवाब नहीं दे सकता क्योंकि जे मैं जो जो तुसी बोले वही मैं बोलना फिर अपने फर्क नहीं रह गया लोग इस तरह मैं पेश कर रहे हैं जिस तरह मैं इलेक्शन लड़के हार के आ गया हूँ वो भीरो मैं तो जिंदगी की बाजी हारी बैठा मैं जे नहीं इलेक्शन हारना की वड्डी गल है मैं कदों कहा मैं जीतूंगा मैं तो परिवार की जंग हार गया इलेक्शन की तो बहुत छोटी गल है अजियां तो इलेक्शन भी छे महीने साल तो चलता रहता दो ढाई साल बाद सिलसिला बंदा कदे भी जित सकता मुंडी का मैं हार तो घबराने वाला बंदा और ना थोड़ी खराबता के उत्ते असीं पलण वाले हां ना थोड़िया लिलड़ियां कढ़ के राजी है सिक्योरिटी दित्ती नहीं मेरे पुत्त नूं आ मैनूं 52 दे रखे ने मैं कहिंदा सारी वापस लै जा भगवंत मान साहब जे तेरे को दरखास्त लैन आ गया चकता पुत नहीं मर सकता गोली ना तेरे दर ते आके तो तू सिक्योरिटी नहीं मंगूंगा कदे आके कि मैनू खतरा है जे मैं बोलदा मैं दम ते बोलदा मैं अपनी मौत नूं मत्थे ते रख के बोलूंगा इहदी गल बोलूंगा तुसी कहिंदे हो साडा लाड ठीक है आ मेरे कोल इक जोड़ा आया बैठा बठिंडे तों हुण रोज दर्शन है हां मैं नाम नूं लिख के आउंदा आ तुहाडे सामने पेश करूंगा गैंगस्टर धमकियां दे जांदे पैसे मंगी जांदे सारा कुछ पुलिस नूं देता एक जवाक है वो कहिंदे साडे जवाक नूं मारनगे दसो मैं तां खुद पीड़ित व्यक्ति हाँ मैं सरकार नूं इह गल कहिंदा जे तुसीं कहिंदे साडा लॉ एंड आर्डर इन्ना वधिया है तुसीं मैनूं एक नंबर दे दिओ सरकार दा मैं घट्टो घट्ट जिहड़ा बंदा मेरे कोल आवे तुहाडे सामने पेश तां करदे करां वी आई जी सुन लो ओह सानूं तां मारता इहनां नूं क्यों मारदे हो आप थोड़े सामने पेश कर छोटा जा जवाक है नाल लेई फिरदे ने भी आओ एसएसपी साहब कहंदे ने भी जवाक नूं अंदर रखो बाहर ना कढ़ो यार आ साडी पोजीशन है आ लैंड ऑर्डर है साडा आ जिहड़े बंदे चीका मारदे ने असीं जे साडा वो है मैं कल दा सुनी जांदा मतलब जिस तरह मैं इलेक्शन कोई लड़ी हुंदी इहनां दे खिलाफ और एक कैबिनेट मिनिस्टर की मेरे दे उत्ते बयान ਉਹ ਮੇਰਾ ਪੁੱਤ ਕਹਿੰਦਾ ਹੁੰਦਾ ਜਿੱਤਣ ਨਾਲੋਂ ਵੱਧ ਸਾਡੀ ਹਾਰ ਬੋਲਦੀ ਉਹ ਜੇ ਤੁਹਾਡੇ ਪੱਲੇ ਕੁਛ ਹੋਵੇ ਤੁਸੀਂ ਹਾਰੇ ਹੋਏ ਨਹੀਂ ਜਿੱਦ ਕਾ ਤੋਂ ਕਰੋ ਅਸੀਂ ਤਾਂ ਹਾਰੇ ਹੋਏ ਹਾਂ ਇਸ ਤਾਂ ਜ਼ਿੰਦਗੀ ਤੋਂ ਵੀ ਹਾਰੇ ਹੋਏ ਹਾਂ ਸਾਤੋਂ ਨੂੰ ਕੌਣ ਡਰਦੇ ਤੁਸੀਂ ਵਾਰੀ ਵਾਰੀ ਜਿਹੜਾ ਬੰਦਾ ਲੈਂਦਾ ਬਲਕੌਰ ਸਿੰਘ ਜਿਹੜਾ ਬੰਦਾ ਬਲਕੌਰ ਸਿੰਘ ਮੈਂ ਤੁਹਾਨੂੰ ਦੱਸਦੇ ਕਾਰਨ ਸਾਰੇ ਜੇ ਤੁਸੀਂ ਇਹਨਾਂ ਗੱਲਾਂ ਦਾ ਮੈਨੂੰ ਜਵਾਬ ਦਿੱਤਾ ਹੁੰਦਾ ਮੈਂ ਵਿਧਾਨ ਸਭਾ ਦੇ ਵਿੱਚ ਜਾ ਕੇ ਬੈਠਿਆ ਇੱਕ ਜ਼ਿੰਮੇਵਾਰ ਮੰਤਰੀ ਸਾਹਿਬ ਨੇ ਧਾਲੀਵਾਲ ਸਾਹਿਬ जे वो मैंने एक सिंगल फोन कॉल से भी कह दे भी छोटे भीर कि ना भजी आ दो चार दिन कम है सब तेन मिला के आप मसले का हल करते हैं भाई मुड़ के फोन ही बंद करते मैं तां जलंधर गया जो कोई बंदे बंदा सद भी लेंदा मुड़ के गल भी नहीं करता फिर यार प्रोटेस्ट करना तो मेरा अधिकार है यार वह मैं करूंगा किसी को चंगा लगता गोडे लगे गिटे लगे मैं भी प्रॉब्लम ऐसा करना जितते हो तो मुबारक पर ऐसे ज्यादा चंगे नहीं जिसे तुम आपके आप समझ ही जाने थोड़ा आई टी सैल शर्म करो माड़ी मोटी 16 तरीक तो जिंदा मैं सॉरी 5 ते 6 का जलंधर जाके आई टी सैल ने मैं निशाना बना लिया मेरी फोटो जितों कितों चक ली सिमरजीत जरा मंड है मंड के नाल फोटो जोड़ती सिखां दे कातल नाल सिद्धू दा प्यो लै पता है राहुल गांधी ना सिद्धू का प्यो तरह प्यो तुम कितने कितने मैं जलील नहीं किया पर मैं मंजूर है मैं जो हाँ मैं रब अगे जान देनी है मैं परमात्मा के जवाब दे उस गल जे मैं कितने गलत हाँ तो मैं गलत हूँ तुम कौन हो मैं उस
ਤੁਸੀਂ ਆਈਟੀ ਸੈੱਲ ਦੇ ਜਰੀਏ ਪਹਿਲਾਂ ਦਿੱਤੇ ਹੋ, ਤੁਸੀਂ ਆਈਟੀ ਸੈੱਲ ਇੱਕ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ, ਬਣਾਈ ਚਲੇ, ਪਰ ਸਾਨੂੰ ਸਮਝ ਆ ਤੁਹਾਨੂੰ ਤੁਸੀਂ ਕਿੱਥੋਂ ਤੱਕ ਗਿਰ ਸਕਦੇ ਹੋ ਸਾਨੂੰ ਪਤਾ। ਸਿਮਰ ਮੰਡੇ ਕੋਲੇ ਮੈਂ ਨਹੀਂ ਗਿਆ, ਮੰਡੇ ਸਿਰਫ ਘਰੇ ਆਇਆ, ਅਫਸੋਸ ਦੇ ਵਾਸਤੇ ਉਹ ਮੇਰੀਆਂ ਉਹ ਫੋਟੋਆਂ ਕੱਢ ਕੇ ਇਹਨਾਂ ਨੇ, ਮਤਲਬ ਮੈਨੂੰ ਸਿੱਖਾਂ ਦੇ ਕਾਤਲ ਨੇ, ਜਿਵੇਂ ਉਹ ਕੱਲ੍ਹ ਵਾਲਾ ਬੋਲੀ ਜਾਂਦਾ ਸੀਗਾ ਜਰਨੈਲ ਸਿੰਘ ਵੀ ਗਰਮ ਖੂਨ ਵਾਲਿਆਂ ਨਾਲ ਸਿੱਖਾਂ ਦੇ ਕਾਤਲਾਂ ਨਾਲ, ਸਿੱਖਾਂ ਦੇ ਕਾਤਲ ਤੁਸੀਂ ਹੋ, ਤੁਸੀਂ ਸਾਡੇ ਬੇਦੋਸ਼ੇ ਜਵਾਕ ਹੈ ਜਿਹੜੇ NSA ਲਾ ਕੇ ਟੱਕੇ ਹੋਏ ਨੇ ਆਸਾਮ ਦੇ ਵਿੱਚ, ਕੀ ਕਸੂਰ ਹੈ ਬੱਚਿਆਂ ਦਾ ਉਹਨਾਂ ਦਾ? ਭੋਲੇ ਭਾਲੇ ਜਵਾਕਾਂ ਨੂੰ ਤੁਸੀਂ ਤੁਸੀਂ ਖੌਫ ਪੈਦਾ ਕਰਦੇ ਹੋ, ਆਹ ਗੈਂਗਸਟਰ ਤੁਹਾਡੇ ਸਾਹਮਣੇ ਸ਼ਰਮ ਧਮਕੀਆਂ ਦੇਈ ਜਾਂਦੇ ਨੇ, ਔਰ ਪਰਿਵਾਰ ਆਪ ਆਏ ਬੈਠੇ ਨੇ ਵੀ ਸਾਡੇ ਸਰਕਾਰ ਦੇ ਕੰਨਾਂ ਤੱਕ ਬੋਲ ਕੇ ਆਵਾਜ਼ ਪਹੁੰਚਾ ਦਿਓ। ਆਪ ਜੀ ਭਾਲ ਕੌਰ ਉਹਦਾ ਫੋਨ ਨੰਬਰ ਵੀ ਆ ਮੇਰੇ ਕੋਲ, ਜੇ ਪੇਪਰ ਅਸਲ ਵੀ ਇਹਨੇ ਲੈਣਾ ਹੋਇਆ ਤਾਂ ਲੈ ਲਓ। ਜੇ ਤੁਹਾਡਾ ਇੰਨਾ ਕੁਛ ਸਹੀ ਹੈ ਤਾਂ ਫਿਰ ਤੁਹਾਡੇ ਦਰ ਤੇ ਆਓ, ਤੁਸੀਂ ਕੋਈ ਆਪਦੀ ਹੈਲਪਲਾਈਨ ਖੋਲੋ ਵੀ ਜੇ ਕਿਸੇ ਨੂੰ ਕੋਈ ਗੈਂਗਸਟਰ ਧਮਕੀ ਦਿੰਦਾ ਤਾਂ ਸਾਡੇ ਫਲਾਨੇ SSP ਨਾਲ ਸੰਪਰਕ ਕਰੋ, ਤੁਹਾਡਾ ਹੱਲ ਕਰਕੇ ਦੇਵਾਂਗੇ। ਕਰੋ ਜਨਤਾ ਨੂੰ ਗੱਲ ਕਿਸੇ ਨਾਲ ਜੇ ਤੁਹਾਡੇ ਪੱਲੇ ਹੈ ਕੁਛ। ਬਾਕੀ ਜੇ ਭਾਈ ਤੁਸੀਂ ਮੈਨੂੰ ਹਰਾ ਕੇ, ਮੈਨੂੰ ਤਾਂ ਤੁਸੀਂ ਪਹਿਲੇ ਹਰਾਤਾ, ਜਵਾਕ ਸੀ ਮੇਰਾ ਤੁਸੀਂ ਮਰਵਾਤਾ, ਮੇਰਾ ਹਾਰੇ ਹੋਏ ਦਾ ਕੀ ਹਰਾਉਂਗੇ? ਲੜਾਈ ਲੜਨੀ ਹੈ, ਮੈਂ ਲੜਦੇ ਰਹਿਣਾ, ਮੈਂ ਚੁੱਪ ਕਰਕੇ ਬੈਠੇ ਨਹੀਂ ਵੀ ਤੁਸੀਂ ਮੇਰਾ ਮੈਨੂੰ 5-7 ਸਾਈਟਾਂ ਦੇ ਉੱਤੋਂ ਪੇਜ ਆਣਾ ਤੋਂ ਮੈਨੂੰ ਗਾਲਾਂ ਦਵਾ ਦਿਓਗੇ ਤਾਂ ਮੈਂ ਘਰੇ ਚੁੱਪ ਕਰਕੇ ਬੈਠੂਗਾ, ਨੱਕ ਦਮ ਕੀਤਾ ਕਰਕੇ ਰਹੂੰਗਾ। ਐਤਕੀ ਵੀ ਗਿਆ, ਜਦੋਂ ਤੱਕ ਜਿੰਦਾ ਰਹੂੰਗਾ ਜਾਂਦਾ ਰਹੂੰਗਾ, ਹੁਣ ਇੱਕ ਤੇ ਗਿਆ ਮੈਂ 13 ਦੇ, ਨਾ ਤੁਹਾਤੋਂ ਘਬਰਾਹਟ ਕੱਲ੍ਹ ਸੀ ਨਾ ਤੁਹਾਤੋਂ ਅੱਜ, ਮੈਂ ਆਪਦੇ ਜੰਗ ਲੜਨੀ ਹੈ, ਮੈਂ ਲੜਦੇ ਰਹਿਣਾ ਜਦ ਤੱਕ ਮੈਨੂੰ ਮੇਰੇ ਜਵਾਕ ਦੀ ਜਾਤੀ ਦਾ ਸਸਮੀ ਨਹੀਂ। ਇੰਨੀ ਕੁ ਯੋਗ ਹੋ ਤੁਸੀਂ, ਭਾਸ਼ਾ ਤੁਹਾਡੀ ਦੇਖ ਲਓ, ਮੈਂ ਫਿਰ ਵੀ ਕਿਸੇ ਨੂੰ ਮਾੜਾ ਨਹੀਂ ਬੋਲਿਆ, ਕਿਸੇ ਮੰਤਰੀ ਸਾਹਿਬ ਦਾ ਕਿਸੇ ਦਾ ਮੈਂ ਵਿਅਕਤੀਗਤ ਕਿਸੇ ਦਾ ਅੱਜ ਤੱਕ ਨਾ ਟਿੱਪਣੀ ਕੀਤੀ ਹੈ ਕਿਸੇ ਪਰਿਵਾਰ 'ਤੇ, ਨਾ ਕਦੇ ਜ਼ਿੰਦਗੀ 'ਚ ਕਰਨਾ। ਮੈਂ ਕੇਵਲ ਅਤੇ ਕੇਵਲ ਆਪਦੇ ਜਸਟਿਸ ਦੀ ਗੱਲ ਰੱਖਦਾ, ਆਪਦੇ ਪੀੜ ਦੀ ਗੱਲ ਕਰਦਾ, ਲੋਕਾਂ ਨੂੰ ਮਿਲਦਾ, ਤੁਸੀਂ ਸਾਰਿਆਂ ਨੇ ਸਹਿਯੋਗ ਦਿੱਤਾ, ਜਲੰਧਰਾਂ ਦਾ ਮੈਂ ਧੰਨਵਾਦ ਕਰਦਾ। ਕੋਈ ਇਹ ਨਹੀਂ ਹੈਗਾ ਵੀ ਜੇ ਆਪਾਂ ਇਲੈਕਸ਼ਨ ਹਾਰ ਗਏ ਤਾਂ ਤੁਸੀਂ ਮੇਰਾ ਸਾਥ ਦਿੱਤਾ, ਬਹੁਤ ਲੋਕਾਂ ਨੇ ਮੇਰੀ ਹੈਲਪ ਕੀਤੀ ਹੈ, ਬਹੁਤ ਲੋਕਾਂ ਨੇ ਹੰਝੂ ਪਾ ਕੇ ਹਮਦਰਦੀ ਨਾਲ ਮੇਰੇ ਨਾਲ ਖੜੇ, ਠੀਕ ਹੈ। 25-26% ਵੋਟਾਂ ਦੇ ਨਾਲ ਜੇ ਜਿੱਤਾਂ ਹਾਰਾ ਹੋ ਜਾਂਦੇ ਨੇ, ਪਰ 65% ਲੋਕ ਖਿਲਾਫ ਵੀ ਭੁਗਤੇ ਨੇ। ਜਿੱਤ ਹਾਰ ਦੇ ਅੰਕੜੇ ਉਹ ਕਿਸੇ ਦੀ ਜ਼ਿਆਦਾ ਜਿਹੜੀ ਆ ਪਬਲਿਸਿਟੀ ਨਹੀਂ ਬਿਆਨ ਕਰਦੇ, ਇਹ ਗੇਮਾਂ ਖੇਡ ਜਾਂਦੇ ਨੇ, 4-4 ਉਮੀਦਵਾਰ ਦੂਜੇ ਪਾਸੇ ਕਰ, ਤੂੰ ਜਿੱਤ ਕੇ ਤੂੰ ਚੱਲ ਦੀ, ਪਰ ਥੋੜ੍ਹਾ ਜਿਹਾ ਰੱਬ ਤੋਂ ਡਰਿਆ ਕਰੋ। ਆ ਤੁਸੀਂ 4 ਸਾਲ ਨੂੰ ਇੱਥੇ ਆ ਜਾਣਾ, ਮੈਂ ਤੁਹਾਨੂੰ ਗਲੀਆਂ ਦੇ ਵਿੱਚ ਤੁਹਾਡੀ ਰੇਸ ਲੱਗਦੀ ਦਿਖਾਊਂਗਾ, ਕੋਈ ਆ ਜੇ ਕਿਸੇ ਸਰਕਾਰ ਬਣੇ, ਪਰ ਤੁਸੀਂ ਭਰੋਗੇ ਸਾਰਾ ਕੁਛ ਜਿਹੜਾ ਕੁਛ ਧੱਕਾ ਤੁਸੀਂ ਮੇਰੇ ਵਰਗੇ ਫੱਕਰ ਬੰਦਿਆਂ ਦੇ ਨਾਲ ਤੁਸੀਂ ਜਿਹੜਾ ਕਰੀ ਜਾਂਦੇ ਹੋ ਨਾ, ਮੈਂ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਿਆ। ਮੈਂ ਰਾਤ ਵਾਲੇ ਵੀ ਮੈਨੂੰ ਬਹੁਤ ਕੁਛ ਕਿਹਾ, ਪਰ ਮੈਂ ਫਿਰ ਵੀ ਆਪਦੇ ਚਾਹੁਣ ਵਾਲੇ ਨੂੰ ਸਿੱਧੂ ਨੂੰ ਪਿਆਰ ਕਰਨ ਵਾਲੇ ਬੇਨਤੀ ਕਰਦਾ ਵੀ ਆਪਾਂ ਉਹਦੀ ਧੀ ਭੈਣ ਨੂੰ ਕਿਸੇ ਨੂੰ ਮਾੜਾ ਨਹੀਂ ਬੋਲਣਾ। ਚਲੋ ਉਹਦੀ ਜਿੰਨੀ ਕੁ ਅਕਲ ਹੈ, ਜਿਸ ਕੋਲ ਬੰਦੇ ਕੋਲ ਹੁੰਦੀ ਹੈ, ਉਹ ਪਰਮਾਤਮਾ ਉਹਨੀ ਕੁ ਨੂੰ ਜਿੰਨੀ ਕੁ ਸੋਝੀ ਦਿੰਦਾ ਉਹ ਉਨੀ ਕੁ ਗੱਲ ਕਰਦਾ। ਕਿਉਂਕਿ ਆਪਾਂ ਸੋਸ਼ਲ ਮੀਡੀਆ ਦੇ ਉੱਤੇ ਬੋਲਦੇ ਹਾਂ, ਦੋ ਦੀ ਗੱਲ ਨਹੀਂ ਹੁੰਦੀ, ਸਾਰਾ ਜ਼ਮਾਨਾ ਸਾਰੀ ਦੁਨੀਆ ਸੁਣਦੀ ਹੈ ਆਪਾਂ ਕੀ ਜ਼ਬਾਨ ਦੇ ਵਿੱਚੋਂ ਕਹਿੰਦੇ ਹਾਂ। ਸਾਡੀ ਕਮਿਊਨਿਟੀ ਇੱਕ ਹੈ, ਉਹ ਵੀ ਸਿਰ ਤੇ ਪੱਗ ਰੱਖਦਾ, ਭੈੜੇ ਲੱਗਦੇ ਆਪਸ ਦੇ ਵਿੱਚ ਬੋਲਦੇ ਹੋਏ, ਤਾਂ ਜੇ ਕੋਈ ਵੀ ਗੱਲਬਾਤ ਹੈ ਸਾਰ ਸੰਜਮ ਨਾਲ ਆਪਾਂ ਗੱਲ ਕਰਦੀ, ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਇਸ ਗੱਲ 'ਤੇ ਜ਼ਰੂਰ ਗੌਰ ਕਰੋ। ਲੜਾਈ ਆਪਣੀ ਹੈਗੀ ਜਸਟਿਸ ਦੀ, ਆਪਾਂ ਵਧੀਆ ਤਰੀਕੇ ਬਿਨਾਂ ਚਿੱਕਰ ਸਿੱਟੇ ਤੋਂ, ਬਿਨਾਂ ਇਲਜ਼ਾਮ ਲਾਏ ਤੋਂ ਆਪਦੇ ਢੰਗ ਨਾਲ ਲੜਨਾ। ਤੁਸੀਂ ਸਾਰਿਆਂ ਨੇ ਹੁਣ ਤੱਕ ਜਿੰਨਾ ਵੀ ਸਹਿਯੋਗ ਕੀਤਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।